ਬਿਲਕੁਲ ਕੀ ਹਾਲ ਚਾਲ ਟ੍ਰੇਲਰ ਠੀਕ ਲੱਗ ਰਿਹਾ ਪਰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਫਿਲਮ ਬਹੁਤ ਵਧੀਆ ਜਾ ਰਹੀ ਹੈ ਪਰ ਸਰਗੁਣ ਤੁਸੀਂ ਕਹਿੰਦਾ ਆਪਾਂ ਇੰਨੇ ਵਧੀਆ ਦੋਸਤ ਹਾਂ ਯਾਰ ਹੈਨਾ ਪਰ ਤੁਹਾਡੇ ਨਾਲ ਮੈਨੂੰ ਇਹ ਨਹੀਂ ਸੀਗਾ ਵੀ ਤੁਸੀਂ ਇੱਦਾਂ ਕਰੋਗੇ ਯਾਰ ਮੇਰੇ ਨਾਲ ਮੈਂ ਕੀ ਨਹੀਂ ਯਾਰ ਸਰਗੁਣ ਇੱਦਾਂ ਤਾਂ ਸੀਗਾ ਵੀ ਤੁਸੀਂ ਟਵੀਟ ਗਲਤ ਕਰਤਾ ਯਾਰ ਸਾਡੀ ਫਿਲਮ ਬਾਰੇ ਵੀ ਕਪਿਲ ਨੇ ਜਾਂ ਤੇ ਵਿਕਰਮ ਗਰੋਵਰ ਨੇ ਕੀ ਫਿਲਮ ਬਣਾਈ ਹੈ ਮੈਂ ਹਾਂਜੀ ਕੀ ਕਹਿਤਾ ਤੁਸੀਂ ਮੈਂ ਕਿਤਾ ਮੈਂ ਕਿਹੜਾ ਟਵੀਟ ਪਾਤਾ ਤੁਹਾਡਾ ਟਵਿੱਟਰ ਤੁਸੀਂ ਆਪ ਦੇਖਦੇ ਕੋਈ ਹੋਰ ਦੇਖਦਾ ਕੋਈ ਮੈਂ ਤਾਂ ਮੇਰੇ ਮੇਰਾ ਮੈਂ ਹੀ ਦੇਖਦੇ ਮੇਰੇ ਤੁਸੀਂ ਪੜੋ ਤੋਂ ਕੋਈ ਟਵੀਟ ਆ ਹੁਣੇ 20 ਮਿੰਟ ਪਹਿਲਾਂ ਤੁਸੀਂ ਟਵੀਟ ਕੀਤਾ ਨਾ 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 ਮੈਂ ਤਾਂ ਟਵਿੱਟਰ ਤੇ ਕੋਈ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਪਿਲ ਮੇਰੇ ਨਾਲ ਆ ਕਪਿਲ ਦਿਖਾ ਰਿਹਾ ਮੈਨੂੰ ਕੋਲ ਗੱਲ ਕਰੋ ਕਪਿਲ ਨਾਲ ਕਪਿਲ ਆਪ ਸਰਗੁਣ ਜੀ ਹਾਂ ਜੀ ਹਾਈ ਸਰਗੁਣ ਹੈਲੋ ਕਪਿਲ ਕਿਦਾਂ ਤੁਸੀਂ ਮੈਂ ਠੀਕ ਹਾਂ ਤੁਸੀਂ ਕੰਗ੍ਰੈਚੁਲੇਸ਼ਨਸ ਕਿਸਮਤ ਲਈ ਤੁਹਾਨੂੰ ਵੀ ਜੀ ਟ੍ਰੇਲਰ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਪੰਜਾਬ ਵੀ ਆਇਆ ਸੀ ਸਾਰੇ ਬਹੁਤ ਤਾਰੀਫ ਕਰ ਰਹੇ ਸੀਗੇ ਫਿਲਮ ਦੀ ਤੇ ਮੈਂ ਤਾਂ ਬਸ ਇਹਦੀ ਕਪਿਲ ਮੇਰਾ ਅਕਾਊਂਟ ਤੋਂ ਕੋਈ ਟਵੀਟ ਹੀ ਨਹੀਂ ਗਿਆ ਤੁਸੀਂ ਕੋਈ ਗਲਤ ਅਕਾਊਂਟ ਦੇਖ ਰਹੇ ਹੋ ਨਹੀਂ ਨਹੀਂ ਮੈਨੂੰ ਤਾਂ ਨਹੀਂ ਸਰਗੁਣ ਮੈਂ ਐਕਚੁਅਲੀ ਹਾਂ ਮੈਨੂੰ ਇਹਨਾਂ ਨੇ ਵਿਕਰਮ ਦਾ ਬ੍ਰਦਰ ਹੈ ਵਾਸੂ ਉਹ ਇੱਥੇ ਡਿਜੀਟਲ ਹੈਂਡਲ ਕਰਦਾ ਤਾਂ ਉਹੀ ਕਹਿ ਰਿਹਾ ਸੀਗਾ ਮੈਂ ਕਿਹਾ ਯਾਰ ਐਨੀਵੇਜ਼ ਮਤਲਬ ਆਪਣੀ ਆਪਣੀ ਪਸੰਦ ਹੁੰਦੀ ਹੈ ਠੀਕ ਹੈ ਤੁਹਾਨੂੰ ਟ੍ਰੇਲਰ ਨਹੀਂ ਵਧੀਆ ਲੱਗਾ ਉਹ ਡਜ਼ਨਟ ਮੈਟਰ ਪਰ ਨਹੀਂ ਮੈਂ ਤਾਂ ਮੇਰੇ ਤਾਂ ਟਵੀਟ ਕਰਦੀ ਨਹੀਂ ਵੈਸੇ ਵੀ ਮੈਂ ਟਵੀਟ ਟਵਿੱਟਰ ਬਹੁਤ ਕਮ ਯੂਜ਼ ਕਰਦੀ ਮੈਂ ਤਾਂ ਸਿਰਫ ਰੀਟਵੀਟ ਕਰਦੇ ਆ ਜਿਹੜੇ ਮੇਰੇ ਨਹੀਂ ਕੋਈ ਇਦਾਂ ਸਰ ਕਮੈਂਟ ਆਉਂਦੇ ਨਾ ਮੈਂ ਤਾਂ ਫ੍ਰੈਸ਼ ਕੋਈ ਟਵੀਟ ਪਾਉਂਦੀ ਨਹੀਂ ਕੋਈ ਹੋਰ ਕੋਈ ਫੈਨ ਅਕਾਊਂਟ ਜਾਂ ਫੇਕ ਅਕਾਊਂਟ ਹੋਣਾ ਮੇਰਾ ਤਾਂ ਬਲੂ ਚੈਕ ਵਾਲਾ ਅਕਾਊਂਟ ਹੈ ਮੇਰਾ ਅਕਾਊਂਟ ਨਹੀਂ ਆਇਆ ਕੋਈ ਮੇਬੀ ਮੈਨੂੰ ਮੈਂ ਕਹਾਂ ਸਰਗੁਣ ਕਦੀ ਨਹੀਂ ਇਸ ਤਰ੍ਹਾਂ ਕਰਦੀ ਹੁੰਦੀ ਪਰ ਇਹ ਉਹਨਾਂ ਨੇ ਲਿਖਿਆ ਸੀਗਾ ਕਿ ਹਰ ਕੋਈ ਪ੍ਰੋਡਿਊਸਰ ਬਣ ਜਾਂਦਾ ਹੈ ਯਾਰ ਕਪਿਲ ਗੱਲ ਸੁਣ ਟਿਕ ਮਾਰ ਲੱਗੀ ਹੋਈ ਹੈ ਤੇ ਇਹਨਾਂ ਆਪਣਾ ਸਰਗੁਣ ਦਾ ਹੈਗਾ ਯਾਰ ਭਾਈ ਸਰਗੁਣ ਐਨ ਲਾਈਨ ਮੇਰਾ 1 ਮਿੰਟ ਹੋਲਡ ਕਰੋ ਮੈਂ ਹੁਣੇ ਦੇਖਦੀ ਹਾਂ ਨਹੀਂ ਹੈਲੋ ਸਰਗੁਣ ਟਵੀਟ ਹੈਂਡਲਰ ਉਹਨੇ ਗਲਤੀ ਕੀਤੀ ਬਹੁਤ ਵੱਡੀ ਹੈ ਔਰ ਤੁਹਾਡੇ ਨਾਂ ਤੋਂ ਉੱਤੇ ਬਲੂ ਟਿਕ ਲੱਗਾ ਹੋਇਆ ਤੁਹਾਡਾ ਜਿਹੜਾ ਆਫੀਸ਼ੀਅਲ ਤੁਹਾਡਾ ਟਵਿੱਟਰ ਅਕਾਊਂਟ ਆ ਪੜਦੇ ਨੇ ਟਵੀਟ ਤੁਹਾਡਾ ਪਰ ਦਿਸ ਇਜ਼ ਮੈਨੂੰ ਦਿਸ ਇਜ਼ ਨਾਟ ਦਾ ਰਾਈਟ ਵੇ ਟੂ ਰਾਈਟ ਸਮਥਿੰਗ ਤੁਸੀਂ ਉਹਦੇ ਬਾਰੇ ਜੇ ਪੋਜ਼ਿਟਿਵ ਨਹੀਂ ਲਿਖ ਸਕਦੇ ਮਾੜਾ ਵੀ ਨਹੀਂ ਲਿਖਣਾ ਚਾਹੀਦਾ ਮੇਰੇ ਖਿਆਲ ਨਾਲ ਭੇਤੀ ਲੰਕਾ ਟਾਇਆ ਤੂੰ ਖਰਾਬ ਕਰ ਰਿਹਾ ਸਾਡਾ ਫੜਾ ਤਾਂ ਸਹੀ ਫੋਨ ਉਹਨੂੰ ਗਿੱਪੀ ਭਾਜੀ ਕਿਵੇਂ ਹੋ ਠੀਕ ਹੋ ਰੇਡੀ ਮਿਰਚੀ ਤੇ ਇਹਨਾਂ ਦਾ ਕਰਦੀ ਇਹੋ ਅਸੀਂ ਕੀ ਕਰੀਏ ਮੈਂ ਤੇ ਆਪ ਬੜਾ ਉਦਾਸ ਸੀਗਾ ਮੈਂ ਸਰਗੁਣ ਨੂੰ ਨਹੀਂ ਕਰਨਾ ਸਰਗੁਣ ਹੋਰ ਸਾਡਾ ਕਿਸੇ ਨੇ ਫੋਨ ਨਹੀਂ ਚੱਕਿਆ